ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਨਾ ਫਲਾਇਆ ਕਰੋ ਝੂਠੀਆਂ ਅਫਵਾਹਾਂ ਨਾ ਦਿਆ ਕਰੋ ਅਜਿਹੇ ਟਾਈਟਲ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਈ ਮੀਡੀਆ ਨੂੰ ਝਾੜ ਦਾਦੇ ਕੀ ਲਗਾਤਾਰੇ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਨੰਗਲ ਡੈਮ ਪਾਖੜਾ ਤੋਂ ਪਾਣੀ ਛੱਡਿਆ ਜਾਵੇਗਾ ਅਤੇ ਜਿਸ ਕਰਕੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਜਾਂ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਆ ਸਕਦਾ ਹੈ ਅਤੇ ਹੜ ਵਰਗੇ ਹਾਲਾਤ ਬਣ ਸਕਦੇ ਨੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਪਾਖੜਾ ਨੰਗਲ ਡੈਮ ਪਹੁੰਚਦੇ ਨੇ ਅਤੇ ਆਪ ਉੱਥੇ ਜਾ ਕੇ ਜਾਇਜ਼ਾ ਲੈਂਦੇ ਨੇ ਤਾਜਾਜਾ ਲੈਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ ਕਿ ਪੰਜਾਬੀਓ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਆ ਭਾਖੜਾ ਡੈਮ ਤੋਂ ਪਾਣੀ ਨਹੀਂ ਛੱਡਿਆ ਜਾਵੇਗਾ ਹਲੇ ਵੀ ਸਾਡੇ ਕੋਲ 26 27 ਫੁੱਟ ਦੀ ਸਮਰੱਥਾ ਬਾਕੀ ਆ ਅਤੇ ਅਗਲੇ 4-5 ਦਿਨਾਂ ਤੱਕ ਮੌਸਮ ਵਿਭਾਗ ਦੇ ਅਨੁਸਾਰ ਕੋਈ ਵੀ ਮੀਂਹ ਨਾ ਤਾਂ ਹਿਮਾਚਲ ਦੇ ਵਿੱਚ ਦੱਸਿਆ ਜਾ ਰਿਹਾ ਅਤੇ ਨਾ ਹੀ ਪੰਜਾਬ ਦੇ ਵਿੱਚ ਅਤੇ ਜਿਸ ਤੋਂ ਬਾਅਦ ਤਾਂ ਪੰਜਾਬ ਦੇ ਹਾਲਾਤ ਬਿਲਕੁਲ ਹੀ ਠੀਕ ਹੋ ਜਾਣਗੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਨਹਿਰਾਂ ਦੀ ਸਫਾਈ ਕਰਾਵਾਂਗੇ ਨਦੀਆਂ ਦੀ ਸਫਾਈ ਕਰਾਵਾਂਗੇ ਦਰਿਆਵਾਂ ਦੀ ਸਫਾਈ ਕਰਾਵਾਂਗੇ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦੀ ਸਫਾਈ ਨਹੀਂ ਹੋਈ ਸੀ ਅਤੇ ਜਿਸ ਕਰਕੇ ਪੰਜਾਬ ਦੇ ਵਿੱਚ ਅਜੇ ਹੀ ਹਾਲਾਤ ਪੈਦਾ ਹੋ ਗਏ ਇਸ ਦੇ ਨਾਲ ਉਹਨਾਂ ਨੇ ਮੀਡੀਆ ਨੂੰ ਵੀ ਝਾੜ ਪਾਈ ਆ ਤੇ ਮੀਡੀਆ ਨੂੰ ਕਿਹਾ ਕਿ ਤੁਸੀਂ ਅਜਿਹੀਆਂ ਸਸੰਸਨੀ ਫਲਾਉਣ ਵਾਲੀਆਂ ਖਬਰਾਂ ਨਾ ਫਲਾਇਆ ਕਰੋ ਅਜਿਹੇ ਖਤਰਨਾਕ ਤੁਸੀਂ ਟਾਈਟਲ ਨਾਲ ਦਿਆਂ ਕਰੋ ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨੂੰ ਐਕਟਿੰਗ ਕਰਦੇ ਹੋਏ ਸਮਝਾਇਆ ਕਿ ਤੁਸੀਂ ਟਾਈਟਲ ਦਿੰਨੇ ਹੋ ਦੇਖੋ ਜੀ ਕਿਸ ਤਰੀਕੇ ਦੇ ਨਾਲ ਪਾਣੀ ਛੱਡਿਆ ਜਾਵੇਗਾ ਹੁਣੇ ਗੇਟ ਖੋਲ ਦਿੱਤੇ ਜਾਣਗੇ ਪੰਜਾਬ ਡੁੱਬ ਜਾਵੇਗਾ ਅਜਿਹੀਆਂ ਖਬਰਾਂ ਨਾ ਪੁਲਾਈਆਂ ਜਾਣ ਅਤੇ ਅਜਿਹੇ ਟਾਈਟਲ ਨਾ ਦਿਆ ਕਰੋ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇਹ ਮੀਡੀਆ ਨੂੰ ਅਪੀਲ ਕੀਤੀ ਆ ਮੀਡੀਆ ਨੂੰ ਝਾੜਪਾਉਂਦੇ ਹੋਏ ਮੁੱਖ ਮੰਤਰੀ ਸਾਹਿਬ ਨਜ਼ਰ ਆਏ ਕਿਉਂਕਿ ਬਹੁਤ ਸਾਰੇ ਟੀਵੀ ਚੈਨਲਾਂ ਦੇ ਵੱਲੋਂ ਜਾਂ ਬਹੁਤ ਸਾਰੇ ਜਿਹੜੇ ਵੈੱਬ ਚੈਨਲਾਂ ਦੇ ਵੱਲੋਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਖਬਰਾਂ ਅਜਿਹੀਆਂ ਫ਼ਾਵਾਂ ਲਗਾਤਾਰ ਫਲਾਈਆਂ ਜਾ ਰਹੀਆਂ ਸੀ ਕਿ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਪੰਜਾਬ ਦੇ ਵਿੱਚ ਦੁਬਾਰਾ ਤਬਾਹੀ ਮਾਰ ਸਕਦੀ ਆ ਨੁਕਸਾਨ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਫਲਾਈਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਸੀ ਤਾਂ ਮੁੱਖ ਮੰਤਰੀ ਪਵਨ ਸਿਕਮਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਅਜਿਹੀਆਂ ਖਬਰਾਂ ਆਉਂਦੀਆਂ ਤਾਂ ਬਿਨਾ ਸਰਕਾਰ ਦੀ ਪੁਸ਼ਟੀ ਤੋਂ ਇਹਨਾਂ ਖਬਰਾਂ ਨੂੰ ਸ਼ੇਅਰ ਨਾ ਕੀਤਾ ਜਾਵੇ ਅਜਿਹੀਆਂ ਖਬਰਾਂ ਡਰ ਅਤੇ ਸਹਿਮਤਾ ਮਾਹੌਲ ਪੈਦਾ ਕਰਦੀਆਂ ਨੇ ਹੋਰ ਇਸ ਦੇ ਨਾਲ ਮੁਖਮਤੀ ਭਗਵਾਨ ਸਿੰਘ ਮਾਨ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਪਾਖੜਾ ਜਿਹੜਾ ਡੈਮ ਉਹ ਬਿਲਕੁਲ ਕੰਟਰੋਲ 'ਚ ਹੈ ਔਰ ਕੋਈ ਖਤਰੇ ਵਾਲੀ ਗੱਲ ਨਹੀਂ ਤੇ ਨਾ ਹੀ ਕੋਈ ਇਸ ਤਰ੍ਹਾਂ ਦੀਆਂ ਵਾਹਾਂ ਦੇ ਵਿੱਚ ਆਓ ਕਿਉਂਕਿ ਫੇਕ ਨਿਊਜ਼ ਤੇ ਵਾਹਾਂ ਬਹੁਤ ਜਲਦੀਆਂ ਨੇ ਅੱਜ ਰਾਤ ਨੂੰ ਖੋਲ ਦਿੱਤੇ ਜਾਣਗੇ ਫਲੱਡ ਗੇਟ ਪਾਖੜਾ ਡੈਮ ਦੇ ਖੋਲ ਦਿੱਤੇ ਗਏ ਹਨ ਗੇਟ ਸਤਲੋਜ ਰਾਤੋ ਰਾਤ ਕਰ ਦੇਗਾ ਮਾਰ ਐਨੇ ਸੋ ਪਿੰਡ ਰਾਤੋ ਰਾਤ ਉਜੜ ਜਾਣਗੇ ਆਉਣ ਵਾਲੀ ਹੈ ਭਾਰੀ ਤਬਾਹੀ ਮੈਂ ਤੁਹਾਨੂੰ ਵੀ ਥੋੜੀ ਜੀ ਬੇਨਤੀ ਕਰਦਾ ਇਸ ਤਰ੍ਹਾਂ ਦੇ ਸੈਂਸਰੀ ਖੇਜ ਟਾਈਟਲ ਨਾ ਦਿਓ ਬਿਲਕੁਲ ਕੰਟਰੋਲ ਦੇ ਵਿੱਚ ਹੈ ਪਾਖੜਾ ਡੈਮ